ਮਾਤਾ ਦੇ ਮੰਦਰ 'ਚ ਚੋਰੀ ਦੀ ਵਾਰਦਾਤ। ਚੋਰ ਨੱਥ 'ਤੇ ਝੁਮਕੇ ਲੈ ਕੇ ਹੋਇਆ ਫਰਾਰ। ਪੁਲਿਸ ਜਾਂਚ 'ਚ ਜੁਟੀ। ਨੰਗਲ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸਥਿਤ ਪ੍ਰਸਿੱਧ ਮਾਤਾ ਜਲਫਾ ਦੇਵੀ ਦੇ ਮੰਦਰ 'ਚੋਂ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਦਰਅਸਲ ਮੰਦਰ ਦੇ ਪੁਜਾਰੀ ਅਨੁਸਾਰ ਇੱਕ ਨੌਜਵਾਨ ਕਾਫ਼ੀ ਸਮੇਂ ਤੋਂ ਮਾਤਾ ਦੇ ਦਰਬਾਰ ਦੇ ਬਾਹਰ ਬੈਠਾ ਸੀ ਅਤੇ ਜਿਵੇਂ ਹੀ ਪੁਜਾਰੀ ਉੱਥੋਂ ਬਾਹਰ ਗਿਆ ਤਾਂ ਮੌਕਾ ਵੇਖ ਕੇ ਉਹ ਮਾਤਾ ਦੇ ਝੁਮਕੇ ਅਤੇ ਨੱਥ ਲੈ ਕੇ ਫਰਾਰ ਹੋ ਗਿਆ। ਮੰਦਰ ਦੇ ਪੁਜਾਰੀ ਵੱਲੋਂ ਉਸ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਇੱਥੋਂ ਦੱਸ ਦਈਏ ਕਿ ਮੰਦਰ 'ਚ ਕੁੱਲ 17 ਕੈਮਰੇ ਲੱਗੇ ਹੋਏ ਨੇ, ਜਿਨ੍ਹਾਂ 'ਚੋਂ 4 ਮਾਤਾ ਦੇ ਦਰਬਾਰ 'ਚ ਲੱਗੇ ਹੋਏ ਨੇ ਅਤੇ 4 ਕੈਮਰੇ ਬੰਦ ਨੇ, ਜਿਸ ਕਰਕੇ ਚੋਰ ਦੀਆਂ ਤਸਵੀਰਾਂ ਸਾਹਮਣੇ ਨਹੀਂ ਆ ਸਕੀਆਂ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇੱਕ ਮਿੰਟ 2-4 ਮਿੰਟ ਦੇ ਵਿੱਚ ਵਿੱਚ ਹੋ ਗਈ, ਮੈਂ ਕੋਈ ਲੰਬਾ ਚੌੜਾ ਨਹੀਂ ਗਿਆ, ਮੈਂ ਸਿਰਫ ਮੇਰੀ ਪਿੱਠ ਹੋਈ ਉੱਧਰ ਨੂੰ, ਮੈਂ ਥੋੜ੍ਹਾ ਜਿਹਾ ਅੱਗੇ ਗਿਆ, ਕਿਸੇ ਨੇ ਝੰਡੇ ਹੱਥ ਡੰਡਾ ਚਾਹੀਦਾ ਤਾਂ ਮੈਂ ਉਹਨੂੰ ਦਿਖਾਉਣ ਖਾਤਰ ਮਾੜਾ ਜਿਹਾ ਗਿਆ ਵੀ ਉੱਥੇ 'ਤੇ ਲੈ ਲਓ, ਠੀਕ ਹੈ। ਬਸ ਇੰਨਾ ਕੀ ਹੋਇਆ, ਬਸ ਸਿਰਫ 4-5 ਮਿੰਟ ਦੇ ਵਿੱਚ ਵਿੱਚ ਇਹ ਕੰਮ ਹੋ ਗਿਆ ਅਤੇ ਇੱਕ ਜਿਹੜਾ ਲੜਕਾ ਥਾ ਇੱਥੇ ਹੁਣ 20-25 ਸਾਲ ਦਾ, 25 ਸਾਲ ਦਾ, 25-26 ਸਾਲ ਦਾ, ਅਤੇ ਉਹ ਬਾਹਰਲੇ ਪਾਸੇ ਜ਼ਰੂਰ ਬੈਠਾ ਤਾ, ਦਰਵਾਜ਼ੇ ਦੇ ਬਾਹਰਲੇ ਪਾਸੇ ਬੜੀ ਦੇਰ ਦਾ ਬੈਠਾ ਤਾ। ਪਰ ਸਾਡੇ ਦਿਮਾਗ 'ਚ ਇਹ ਨਹੀਂ ਥਾ ਵੀ ਇਹਨੂੰ ਕਹੀਏ ਵੀ ਜਾ ਕੇ ਆਪ ਇਹ ਚੋਰੀ ਕਰਨ ਦੀ ਨੀਤ ਨਾਲ ਬੈਠਾ ਜਾਂ ਕੁਛ ਬੈਠਾ, ਐਸਾ ਤਾਂ ਕੋਈ ਦਿਮਾਗ 'ਚ ਨਹੀਂ ਥਾ। ਇਹ ਇੰਨੇ 'ਚ ਉਹ ਮਤਲਬ ਕੰਮ ਹੋ ਗਿਆ 2-4 ਮਿੰਟ 'ਚ। ਹਾਂਜੀ, ਕੋਈ ਲੋਕਾਂ ਨੇ ਦੇਖਿਆ? ਲੋਕਾਂ ਨੇ, ਸੰਗਤ ਨੇ, ਉਹ ਜਿਸ ਤਰ੍ਹਾਂ ਅਸੀਂ ਦੱਸਿਆ ਇੱਥੇ ਸੰਗਤ ਆ ਗਈ ਨਾਲ ਦੀ ਨਾਲ ਹੀ ਹੋਰ ਆ ਗਈ, ਤਾਂ ਉਹਨਾਂ ਨੇ ਕਿਹਾ ਵੀ ਹੁਣੇ ਹੁਣੇ ਮੁੰਡਾ ਇੱਕ ਪੌੜੀਆਂ ਉਤਰਿਆ ਅਤੇ ਇੱਕ ਬੰਦਾ ਜਿਹੜਾ ਥਾ, ਇੱਕ ਮੁੰਡਾ ਹੋਰ ਥਾ, ਉਹ ਮੋਟਰਸਾਈਕਲ 'ਤੇ ਪਹਿਲਾਂ ਤਾਂ ਸਵਾਰ ਥਾ ਅਤੇ ਉਹ ਮਤਲਬ ਮੋਟਰਸਾਈਕਲ ਲੈ ਕੇ ਗਏ। ਮੈਨੂੰ ਜਦੇ ਪਤਾ ਲੱਗ ਗਿਆ ਜੀ, 15 ਮਿੰਟ ਜਦ ਮੈਂ ਵਾਪਸੀ ਆਇਆ ਨਾ ਜੀ, ਉਸ ਤੋਂ ਬਾਅਦ ਜਦੇ 10 ਮਿੰਟ ਬਾਅਦ ਹੀ, 5-7 ਮਿੰਟ ਬਾਅਦ ਹੀ ਪਤਾ ਲੱਗ ਗਿਆ, ਪਰ ਜਦ ਤੱਕ ਉਹ ਨਿਕਲ ਚੁੱਕੇ ਥੇ। ਨੰਗਲ ਤੋਂ ਪੱਤਰਕਾਰ ਬੁੱਧ ਸਿੰਘ ਰਾਣਾ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।